ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। ਗੁਰੂ ਰੂਪ ਗੁਰੂ ਤੇਜ ਸਾਹਿਬ ਸੰਗਤ ਜੀਓ, ਮੈਂ ਤੇ ਆਪ ਦੇ ਦਰਸ਼ਨ ਹਿੱਤ ਹੀ ਸਟੇਜ 'ਤੇ ਖੜ੍ਹਾ ਹੋਇਆ ਹਾਂ ਅਤੇ ਇੰਨੇ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਆਪ ਸਾਰੀਆਂ ਸੰਗਤਾਂ ਦਾ, ਭਾਈ ਸਾਹਿਬ ਦਾ ਧੰਨਵਾਦ ਕਰ ਸਕਾਂ। ਮੇਰੇ ਗੁਰ ਭਾਈ ਵੀ ਹਨ, ਸਿੱਖਿਆ ਦਾਤਾ ਵੀ ਹਨ, ਤੋ ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ, ਭਾਈ ਸਾਹਿਬ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਸਤਿਗੁਰੂ ਹਰ ਰਾਇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਆਪ ਅਸੀਂ ਸਾਰੇ ਰਲ ਕੇ ਪ੍ਰਕਾਸ਼ ਦਿਹਾੜਾ ਮਨਾ ਰਹੇ, ਤੋ ਗੁਰੂ ਕੀ ਸੰਗਤ ਇਹ ਗੁਰੂ ਦੀ ਰਹਿਮਤ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮਹਾਰਾਜ ਨੇ ਰਾਮਕਲੀ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਉਚਾਰਨ ਕੀਤਾ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਹਰ ਨਾਮ ਮੰਤਰ ਦੜਾਇਨ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੋਰੇ ਪਿਆ ਸੰਯੋਗ। ਇਹ ਸਤਿਗੁਰੂ ਦੇ ਬਖਸ਼ਿਸ਼ ਹੈ, ਇਹ ਸਾਡੇ ਕੋਲ ਸੰਯੋਗ ਹਨ ਜਿਸ ਦੇ ਵੱਸ ਅਸੀਂ ਸਾਰੇ ਇੱਥੇ ਗੁਰੂ ਦੇ ਹਜ਼ੂਰ ਵਿੱਚ ਇਕੱਤਰ ਹੋਏ ਹਾਂ। ਅਤੇ ਗੁਰੂ ਕੀ ਸੰਗਤ ਇਹ ਇਕੱਤਰਤਾ ਉਂਝ ਨਹੀਂ ਹੁੰਦੀ, ਜੇ ਅਸੀਂ ਸਮਝੀਏ ਕਿ ਅਸੀਂ ਆਏ ਹਾਂ ਤਾਂ ਇਹ ਗੱਲ ਨਹੀਂ ਹੈ। ਸਤਿਗੁਰ ਤੁਮਕੋ ਹੋਏ ਦਿਆਲਾ, ਗੁਰੂ ਹਰ ਰਾਇ ਮਹਾਰਾਜ ਜੀ ਦਿਆਲ ਹੋਏ, ਬਖਸ਼ਿਸ਼ਾਂ ਕੀਤੀਆਂ ਜਿਸ ਦਾ ਸਦਕਾ ਇਹ ਜੋੜ ਮੇਲਾ ਬਣਿਆ ਹੈ। ਜਿਸ ਤਰ੍ਹਾਂ ਇਤਿਹਾਸ ਵਿੱਚ ਸਤਿਗੁਰੂ ਹਰ ਰਾਇ ਪਾਤਸ਼ਾਹ ਜੀ ਦੇ ਸਿਫਤ ਸਲਾਹ ਸੁਣਦੇ ਹਾਂ ਕਰਦੇ ਹਾਂ, ਇਹ ਔਖੀ ਦੇਖ ਲਿਆ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਸਤਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਦਾ ਸਤਿਗੁਰ ਅਸੀਂ ਦੇਖਿਆ ਹੈ, ਸੁਣਿਆ ਹੈ, ਉਸ ਤਰ੍ਹਾਂ ਦਾ ਦੇਖ ਲਿਆ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਵਸੀਠ ਦਾ ਅਰਥ ਕੀ ਅਰਥ ਹੁੰਦਾ, ਵਿਚੋਲਾ। ਗੁਰੂ ਜਗਿਆਸੂ ਗੁਰਸਿੱਖ ਦੇ ਵਿਚਾਲੇ ਵਿਚੋਲਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦਿੰਦਾ ਹੈ। ਜੋੜਦਾ ਕਿੱਦਾਂ? ਹਰ ਨਾਮੋ ਮੰਤਰ ਦੜਾਇਨ ਦਾ, ਜੋ ਨਾਮ ਮੰਤਰ ਹੈ, ਗੁਰ ਉਪਦੇਸ਼ ਹੈ, ਸਿਮਰਨ ਹੈ, ਉਹ ਗੁਰਸਿੱਖ ਦੇ ਹਿਰਜੇ ਦ੍ਰਿੜੇ ਕਰਾਉਂਦਾ ਹੈ। ਉਹਨਾਂ ਕੀ ਹੁੰਦਾ? ਕੱਟੇ ਹੋਮੇ ਰੋਗ, ਇੱਕ ਹੋਮੇ ਹੈ ਜਿਹੜੀ ਗੁਰੂ ਅਤੇ ਸਾਡੇ ਵਿਚਾਲੇ ਹੈ, ਜਿਹੜੀ ਗੁਰੂ ਨਾਲ ਮਿਲਾਪ ਨਹੀਂ ਹੋਣ ਦਿੰਦੀ। ਜਦੋਂ ਗੁਰੂ ਗੁਰੂ ਮੰਤਰ ਦੇ ਦਿੰਦਾ, ਦ੍ਰਿੜ ਕਰਾ ਦਿੰਦਾ, ਉਹਨਾਂ ਫਿਰ ਹੋਮੇ ਦਾ ਰੋਗ ਕੱਟਿਆ ਜਾਂਦਾ, ਫਿਰ ਗੁਰੂ ਨਾਲ ਮਿਲਾਪ ਹੋ ਜਾਂਦਾ। ਫਿਰ ਗੁਰੂ ਦੀ ਦਰਗਾਹ ਦੇ ਵਿੱਚ ਉਹ ਸਾਡਾ ਗੁਰੂ ਨਾਲ ਮਿਲਾਪ ਕਰਾ ਦਿੰਦਾ ਹੈ। ਸੋ ਸਤਿਗੁਰੂ ਹਰ ਰਾਇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਰਹਿਮਤਾਂ ਕਾਰਨ, ਬਖਸ਼ਿਸ਼ ਕਾਰਨ, ਆਪ ਸਾਰੀਆਂ ਸੰਗਤਾਂ, ਨਗਰ ਵਾਸੀਆਂ ਅਤੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਰੰਗੀਲਾ ਜਥੇ ਅਤੇ ਸਾਰੀ ਅਕੈਡਮੀ ਦੇ ਉੱਤੇ, ਸਰਬੱਤ ਲੁਕਾਈ ਦੇ ਉੱਤੇ ਬਖਸ਼ਿਸ਼ਾਂ ਕਾਰਨ ਇਹ ਜੋ ਜੋੜ ਮੇਲਾ ਇਸ ਤਰ੍ਹਾਂ ਬਣਿਆ ਰਹੇ, ਤਾਂ ਕਿ ਅਸੀਂ ਆਪ ਸੁਖੀਏ, ਪਰਲੋਕ ਸੁਹੇਲੇ,
ਨਾਨਕ ਹਰ ਪ੍ਰਭਾਪੇ ਮੇਲੇ ਤਾਰਨੀ ਬਣ ਸਕੀਏ। ਫੁੱਲਾਂ ਦੀ ਕਿਵਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।